ਹੈਲੋ ਗਾਇਜ਼, ਵੈਲਕਮ ਟੂ ਮਾਈ ਅਨਦਰ ਵਲੋਗ। ਸੋ ਤੁਹਾਨੂੰ ਮੈਂ ਪਹਿਲੇ ਵੀ ਸ਼ੇਅਰ ਕੀਤਾ ਸੀਗਾ, ਕੁਛ ਸ਼ੇਅਰ ਕੀ ਕੀਤਾ ਸੀਗਾ ਕਿ ਮੇਰਾ ਬਹੁਤ ਜਲਦੀ ਪਲੈਨ ਬਣ ਸਕਦਾ। ਪਲੈਨ ਕਿੱਥੇ ਦਾ ਬਣ ਸਕਦਾ ਇਹ ਮੈਂ ਤੁਹਾਨੂੰ ਨਹੀਂ ਦੱਸਿਆ ਸੀਗਾ, ਬਟ ਹਾਂ ਅੱਜ ਉਹ ਪਲੈਨ ਪੂਰਾ ਰੈਡੀ ਹੋ ਗਿਆ। ਅਤੇ ਪਲੈਨ ਜੋ ਸੀਗਾ ਉਹ ਸੀਗਾ ਕਸ਼ਮੀਰ ਜਾਣ ਦਾ। ਹਾਂਜੀ, ਫਾਈਨਲੀ ਕਸ਼ਮੀਰ ਜਾ ਰਹੇ ਹਾਂ, ਅੱਜ ਰਾਤੀ ਨਿਕਲ ਰਹੇ ਹਾਂ ਕਸ਼ਮੀਰ ਵੱਲ ਨੂੰ। ਤਾਂ ਹੀ ਥੋੜ੍ਹੀ ਜਿਹੀ ਵਲੋਗ ਵੀ ਨਹੀਂ ਆਏ, ਵੀਡੀਓਜ਼ ਵੀ ਨਹੀਂ ਆਈਆਂ ਪ੍ਰੋਪਰਟੀ ਰਿਲੇਟਡ, ਬਟ ਹਾਂ ਕੁਛ ਪਲੈਨ ਸੀਗਾ ਵੀ ਕਸ਼ਮੀਰ ਜਾਣਾ। ਅਤੇ ਬਹੁਤ ਦੇਰ ਦਾ ਪਲੈਨ ਕਰ ਰਹੇ ਸੀਗੇ, ਫਾਈਨਲੀ ਅੱਜ ਅਸੀਂ ਚੱਲੇ ਹਾਂ ਹੁਣ ਕਸ਼ਮੀਰ। ਅਤੇ ਇਹ ਵੀ ਸੌਖਾ ਨਹੀਂ ਹੈ ਕਿ ਕਸ਼ਮੀਰ ਤੁਸੀਂ ਸੋਚੋ ਕਿੱਥੇ, ਵੀ ਅਸੀਂ ਬਹੁਤ ਟਾਈਮ ਤੋਂ ਪਲੈਨ ਬਣਾ ਰਹੇ ਸੀਗੇ ਅਤੇ ਦਿਨ ਆ ਗਿਆ, ਚੱਲਦੇ ਹਾਂ। ਅਤੇ ਤੁਹਾਨੂੰ ਵੀ ਨਾਲ ਨਾਲ ਦਿਖਾਉਂਦੇ ਹਾਂ ਪੂਰਾ ਸੈਟਅਪ ਕਿਵੇਂ ਕਿਵੇਂ ਅਸੀਂ ਜਾ ਰਹੇ ਹਾਂ। ਲਓ ਜੀ ਮਿੱਤਰੋ, ਪਹੁੰਚ ਚੁੱਕੇ ਹਾਂ ਆਪਾਂ ਰੇਲਵੇ ਸਟੇਸ਼ਨ ਮੋਹਾਲੀ ਦੇ, ਅਤੇ ਮੋਹਾਲੀ ਫੜ ਰਹੇ ਹਾਂ ਆਪਾਂ ਟ੍ਰੇਨ। ਰਾਤ ਦੀ ਹੈਗੀ ਆਪਣੀ 8:30 ਵਜੇ ਦੀ, ਅਤੇ 8:30 ਤੋਂ ਲੈ ਕੇ ਸਿੱਧਾ ਸਵੇਰੇ 3 ਵਜੇ ਪਹੁੰਚਾਊਗੀ ਜੰਮੂ। ਅਤੇ ਆਪਾਂ ਆਏ ਕਿਵੇਂ ਆ, ਆਪਾਂ ਸੋਹਾਣੇ ਗੁਰਦੁਆਰੇ ਤੋਂ ਫੜਿਆ ਆਟੋ, ਆਟੋ ਨੇ ਲਿੱਤੇ 100 ਰੁਪਏ ਦੋ ਬੰਦਿਆਂ ਦੇ। ਹਾਂਜੀ, 100 ਰੁਪਏ ਲਿੱਤੇ ਦੋ ਬੰਦਿਆਂ ਦੇ, ਅਤੇ ਛੱਡਤਾ ਉਹਨੇ ਰੇਲਵੇ ਸਟੇਸ਼ਨ। ਆ ਤੁਸੀਂ ਚੈੱਕ ਕਰ ਸਕਦੇ ਹੋ, ਰਸ਼ ਬਿਲਕੁਲ ਨਹੀਂ ਹੈ, ਖਾਲੀ ਪਿਆ ਰੇਲਵੇ ਸਟੇਸ਼ਨ। ਅਤੇ ਪਹੁੰਚ ਗਏ, ਅਤੇ ਵੇਟ ਕਰਦੇ ਹਾਂ ਹਲੇ ਪਏ ਹਾਂ 15 ਮਿੰਟ। 15 ਮਿੰਟ ਬਾਅਦ ਆਊਗੀ ਟ੍ਰੇਨ, ਫਿਰ ਆਪਾਂ ਤੁਹਾਨੂੰ ਦਿਖਾਉਂਦੇ ਨਾਲ ਨਾਲ ਸਾਰੇ ਸ਼ਾਰਟ। ਤਦ ਲਈ ਕਰ ਲਓ ਸਬਸਕ੍ਰਾਈਬ ਚੈਨਲ ਨੂੰ, ਕਿਉਂਕਿ ਬਹੁਤ ਵਧੀਆ ਵਧੀਆ ਵੀਡੀਓਜ਼ ਆਉਣ ਵਾਲੀਆਂ, ਈਵਨ ਪ੍ਰੋਪਰਟੀ ਦੇ ਰਿਲੇਟਡ ਜਾਂ ਫਿਰ ਘੁੰਮਣ ਫਿਰਨ ਦੇ ਰਿਲੇਟਡ। ਤੁਹਾਨੂੰ ਜੰਮੂ ਦੀ, ਸ਼੍ਰੀਨਗਰ ਦੀ, ਕਸ਼ਮੀਰ ਦੀ ਇੱਕ ਇੱਕ ਚੀਜ਼ ਦਿਖਾਉਣੀ ਹੈ, ਅਤੇ ਹੋ ਜਾਓ ਰੈਡੀ ਹੁਣ। ਤਾਂ ਫਾਈਨਲੀ ਪਤਾ ਲੱਗ ਗਿਆ ਆਫਿਸ ਤੋਂ ਕਿ ਜਿਹੜੀ ਟ੍ਰੇਨ ਹੈ ਨਾ ਉਹ ਆ ਰਹੀ ਹੈ ਪਲੈਟਫਾਰਮ ਨੰਬਰ 2 'ਤੇ। ਅਤੇ ਆਪਾਂ ਚੜ ਗਏ ਉੱਪਰ, ਪਹਿਲੇ ਪਲੈਟਫਾਰਮ ਨੰਬਰ 1 'ਤੇ ਖੜ੍ਹੇ ਸੀਗੇ, ਅਤੇ 2 'ਤੇ ਆ ਚੁੱਕੇ ਹਾਂ ਕ੍ਰੋਸ ਕਰਕੇ। ਸ਼ੈੱਡ ਜਿਹਾ ਲੱਗਿਆ ਹੋਇਆ, ਬ੍ਰਿਜ ਬਣਿਆ ਹੋਇਆ, ਬ੍ਰਿਜ ਕ੍ਰੋਸ ਕਰਕੇ ਆ ਚੁੱਕੇ ਹਾਂ। ਅਤੇ ਚਲੋ ਮਿਲਦੇ ਹਾਂ ਤੁਹਾਨੂੰ ਜਿਵੇਂ ਟ੍ਰੇਨ ਆਉਂਦੀ ਆ। ਫਿਲਹਾਲ ਤੁਸੀਂ ਇੱਕ ਵਾਰ ਸ਼ਾਰਟ ਚੈੱਕ ਕਰੋ ਮੋਹਾਲੀ ਰੇਲਵੇ ਸਟੇਸ਼ਨ ਦਾ। ਲੋ ਵੀ ਮਿੱਤਰੋ, ਮੋਹਾਲੀ ਰੇਲਵੇ ਸਟੇਸ਼ਨ ਲੱਗੀਆਂ ਲਿਫਟਾਂ। ਜਿਹਨੇ ਇੱਕ ਪਲੈਟਫਾਰਮ ਤੋਂ ਦੂਜੇ ਪਲੈਟਫਾਰਮ ਜਾਣਾ ਨਾ, ਅਤੇ ਸਟੇਅਰਸ ਨਹੀਂ ਚੜ੍ਹ ਸਕਦਾ, ਦੇਖੋ ਪੌੜੀਆਂ ਲੱਗੀਆਂ ਹੋਈਆਂ, ਬ੍ਰਿਜ ਬਣਿਆ ਹੋਇਆ, ਜਿਹੜਾ ਉਹ ਨਹੀਂ ਚੜ੍ਹ ਸਕਦਾ ਉਹ ਆਪਣਾ ਲਿਫਟ ਦੇ ਥਰੂ ਵੀ ਜਾ ਸਕਦਾ। ਇਹ ਵੀ ਵਧੀਆ ਕੰਮ ਹੈ। ਲੋ ਵੀ ਗਾਇਸ, ਚੈੱਕ ਕਰੋ ਟ੍ਰੇਨ ਆਉਂਦੀ, ਇਹ ਆ ਚੁੱਕੀ ਆਪਣੀ ਟ੍ਰੇਨ। ਅਤੇ ਬੈਠਦੇ ਹਾਂ ਅਤੇ ਮਿਲਦੇ ਹਾਂ ਫਟਾਫਟ ਤੁਹਾਨੂੰ ਟ੍ਰੇਨ ਦੇ ਵਿੱਚ ਜਾਂ ਫਿਰ ਜੰਮੂ। ਲਓ ਜੀ ਕਰੋ ਚੈੱਕ। ਪਹੁੰਚ ਚੁੱਕੇ ਹਾਂ ਅਤੇ ਬੈਠ ਚੁੱਕੇ ਟ੍ਰੇਨ ਦੇ ਵਿੱਚ, ਅਤੇ ਤੁਸੀਂ ਆਹ ਚੈੱਕ ਕਰ ਸਕਦੇ ਹੋ, ਬਹੁਤ ਜ਼ਿਆਦਾ ਰਸ਼ ਹੈ ਟ੍ਰੇਨ ਦੇ ਵਿੱਚ, ਫੁੱਲ ਹੋ ਕੇ ਜਾ ਰਹੀ ਹੈ। ਚੈੱਕ ਕਰੋ ਇੱਕ ਵਾਰ, ਅਤੇ ਬੈਠੇ ਹਾਂ ਆਰਾਮ ਨਾਲ, ਅਤੇ ਮਿਲਦੇ ਹਾਂ ਤੁਹਾਨੂੰ ਜਲਦੀ ਜੰਮੂ ਜਾ ਕੇ। ਅਗਰ ਕੁਛ ਵਿੱਚ ਮਿਲਿਆ ਤਾਂ ਤੁਹਾਨੂੰ ਉਹ ਵੀ ਦਿਖਾਵਾਂਗੇ, ਫਿਲਹਾਲ ਮਿਲਦੇ ਹਾਂ ਸਿੱਧਾ ਜੰਮੂ 'ਚ। ਉਹ ਅਨਮੋਲ ਜੀ ਸੁੱਤੇ ਹੋਏ ਨੇ, ਥੋੜ੍ਹਾ ਦੇਖ ਲਾ ਉੱਪਰ, ਸੱਟ ਲਵਾ ਲਈ ਇਹਨੇ ਆਪਣੀ, ਅਤੇ ਸੁੱਤਾ ਪਿਆ ਹੁਣ ਆਰਾਮ ਨਾਲ, ਅਤੇ ਦੇਖਦੇ ਕੀ ਕਹਿੰਦਾ ਹੁਣ। ਜਿਵੇਂ ਉੱਪਰ ਚੜ੍ਹਨ ਲੱਗਾ ਤਦੀ ਫਿਸਲ ਗਿਆ ਉਹਦਾ ਪੈਰ, ਅਤੇ ਗਿਰ ਗਿਆ ਵਿਚਾਰਾ। ਦਿਖਾਈ ਸੱਟ ਆਪਣੀ, ਆ ਚੁੱਕੋ, ਸੱਟ ਲੱਗ ਗਈ ਜੀ। ਜਿਵੇਂ ਆਪਾਂ ਟ੍ਰਿਪ ਸ਼ੁਰੂ ਕੀਤਾ ਉੱਪਰ ਚੜ੍ਹਨ ਲੱਗਾ ਸੱਟ ਲੱਗ ਗਈ ਇਹਦੀ, ਅਤੇ ਚਲੋ ਠੀਕ ਆ, ਕੋਈ ਗੱਲ ਨਹੀਂ, ਇਹ ਤਾਂ ਬਣਦਾ ਹੀ ਆ, ਹੁਣ ਮਿਲਦੇ ਹਾਂ ਜਲਦੀ। ਲੋ ਵੀ ਗਾਇਸ, ਪਹੁੰਚ ਚੁੱਕੇ ਹਾਂ ਆਪਾਂ ਜਲੰਧਰ ਫਾਈਨਲੀ, ਅਤੇ ਹਾਲੇ ਥੋੜ੍ਹੀ ਦੇਰ ਹਲੇ ਰੁਕੀਏ, 10 ਕੁ ਮਿੰਟ ਵੇਟ ਕਰਦੇ ਹਾਂ
ਅਤੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ। ਅਤੇ ਵੈਸੇ ਤੁਹਾਨੂੰ ਪਤਾ ਪਹਿਲੇ ਉੱਥੋਂ ਦੀ ਮੋਗੇ ਰੁਕੀ, ਮੋਗੇ ਤੋਂ ਲੁਧਿਆਣੇ ਰੁਕੀ, ਲੁਧਿਆਣੇ ਤੋਂ ਬਾਅਦ ਜਲੰਧਰ, ਫਿਰ ਪਠਾਨਕੋਟ, ਪਠਾਨਕੋਟ ਬਾਅਦ ਜੰਮੂ, ਅਤੇ ਹੁਣ ਆਪਾਂ ਜਲੰਧਰ ਹਾਂ ਫਿਲਹਾਲ, ਜਲੰਧਰ ਕੈਂਟ। ਅਤੇ ਮਿਲਦੇ ਹਾਂ ਤੁਹਾਨੂੰ ਥੋੜ੍ਹੀ ਦੇਰ ਬਾਅਦ। ਫਿਲਹਾਲ ਤੁਸੀਂ ਕਰੋ ਵਲੋਗ ਨੂੰ ਇੰਜੋਏ। ਅਤੇ ਲੋ ਵੀ ਮਿੱਤਰੋ, ਪਹੁੰਚ ਚੁੱਕੇ ਹਾਂ ਆਪਾਂ ਜੰਮੂ ਤਾਂ ਵੀ, ਰੇਲਵੇ ਸਟੇਸ਼ਨ ਉਤਰ ਚੁੱਕੇ ਹਾਂ ਅਤੇ ਆਪਣੀ ਕੈਬ ਖੜ੍ਹੀ ਆ। ਅਤੇ ਮਿਲਦੇ ਤੁਹਾਨੂੰ ਜਲਦੀ ਜਲਦੀ, ਫਟਾਫਟ ਕੈਬ 'ਚ ਬੈਠ ਕੇ। ਅਤੇ ਸਵੇਰ ਦੇ ਕੁਛ 4 ਵਜੇ ਵਾਲੇ, 4:15 ਆਪਾਂ ਪਹੁੰਚ ਚੁੱਕੇ ਹਾਂ ਤਾਵੀ, ਜੰਮੂ ਤਾਵੀ। ਚਲੋ ਲੈਟਸ ਗੋ। ਅਤੇ ਇਹ ਹੈਗੀ ਆਪਣੀ ਕੈਬ, ਹੁਣ ਆਪਾਂ ਬਹਿੰਦੇ ਹਾਂ ਕੈਬ ਦੇ ਵਿੱਚ ਅਤੇ ਮਿਲਦੇ ਤੁਹਾਨੂੰ ਜਲਦੀ ਹੀ ਅੱਗੇ ਹੋਟਲ ਦੇ ਵਿੱਚ। ਲੋ ਵੀ ਗਾਇਸ, ਖੜ੍ਹ ਗਏ ਆਪਾਂ ਟੋਲ 'ਤੇ ਆ ਕੇ। ਟੋਲ 'ਤੇ ਆਪਣੀ ਗੱਡੀ ਰੁਕ ਗਈ ਹੈ ਅਤੇ ਗੱਡੀ ਖੜ੍ਹੀ ਆਪਣੀ, ਆ ਚੈੱਕ ਕਰੋ ਟੋਲ 'ਤੇ ਹੋਇਆ ਨੁਕਸਾਨ। ਚਲੋ ਨੁਕਸਾਨ ਭਰਦੇ ਹੋਏ ਸਵੇਰੇ ਸਵੇਰੇ 4:15 ਬਹਿੰਦੇ ਹਾਂ ਹੁਣ ਗੱਡੀ 'ਚ, ਜਾਂ ਕਰਦੇ ਹਾਂ ਵੇਟ। ਵੇਟ ਕਰ ਰਹੇ ਹਾਂ, ਕਿਉਂ ਵੇਟ ਕਰ ਰਹੇ ਹਾਂ? ਕਿਉਂਕਿ ਜਿਹੜਾ ਆਪਣਾ ਟੈਗ ਹੈਗਾ ਫਾਸਟ ਟੈਗ, ਉਹ ਹੈਗਾ ਬਲੈਕ ਲਿਸਟਿਡ ਅਤੇ ਉਹ ਜਾਣ ਨਹੀਂ ਦੇ ਰਹੇ। ਉਹਨਾਂ ਨੇ ਆਈਡੀ ਕਾਰਡ ਰੱਖ ਲਿਆ ਅਤੇ ਉਹ ਆਪਣਾ ਹੈਗਾ ਡਰਾਈਵਰ ਭਾਈ ਸਾਹਿਬ, ਅਤੇ ਹੁਣ ਕਰ ਰਹੇ ਹਾਂ ਪੈਸੇ ਪਾ ਰਹੇ ਹਾਂ ਫਾਸਟ ਟੈਗ 'ਚ, ਅਤੇ ਫਿਰ ਆਪਾਂ ਤਦ ਅੱਗੇ ਜਾਵਾਂਗੇ। ਫਿਲਹਾਲ ਤੁਸੀਂ ਕਰੋ ਵਿਊ ਚੈੱਕ, ਮਰ ਜਾ ਸਵੇਰੇ ਸਵੇਰੇ ਤਾਜ਼ਾ ਤਾਜ਼ਾ ਵਿਊ ਆਪਣਾ 4:15 ਦੇ ਉੱਪਰ ਹੋ ਗਏ ਮੈਨੂੰ ਲੱਗਦਾ 4:45, ਅਤੇ ਬਟ ਹਨੇਰਾ ਪੂਰਾ ਹੈਗਾ ਜੰਮੂ ਦੇ ਵਿੱਚ। ਚਲੋ ਦੇਖਦੇ ਹਾਂ ਕੀ ਬਣਦਾ। ਉਹ ਸਾਹਮਣੇ ਦਿਖ ਰਿਹਾ ਬਿਲਕੁਲ ਮਾਤਾ, ਹਾਂ ਵੈਸ਼ਨੋ ਦੇਵੀ ਦਾ ਮੰਦਿਰ, ਉਹ ਚੈੱਕ ਕਰੋ ਗਾਇਸ। ਇਹ ਹੈਗਾ ਟੋਪ 'ਤੇ ਵੈਸ਼ਨੋ ਦੇਵੀ ਮੰਦਿਰ ਜੰਮੂ ਦਾ, ਅਤੇ ਇੱਥੋਂ ਹੀ ਰਸਤਾ ਜਾਂਦਾ, ਉੱਥੇ ਚੈੱਕ ਕਰ ਸਕਦੇ ਹੋ। ਸਵੇਰੇ ਸਵੇਰੇ ਲਾਈਟਾਂ ਜਗ ਰਹੀਆਂ ਨੇ, ਪੂਰਾ ਪੈਟਰਨ ਵੀ ਬਣਿਆ ਹੋਇਆ, ਅਤੇ ਇਹ ਹੈਗਾ ਮੰਦਿਰ ਵੈਸ਼ਨੋ ਦੇਵੀ ਦਾ। ਚਲੋ ਇੱਥੋਂ ਹੀ ਕਰ ਦਿੰਦੇ ਆਪਾਂ ਦਰਸ਼ਨ, ਆਪਾਂ ਜਾ ਤਾਂ ਰਹੇ ਨਹੀਂ ਹੈਗੇ ਉਸ ਪਾਸੇ, ਪਰ ਦਰਸ਼ਨ ਇੱਥੋਂ ਹੀ ਕਰ ਦਿੰਦੇ ਹਾਂ। ਲੋ ਵੀ ਗਾਇਸ, ਚੈੱਕ ਕਰੋ ਆਪ ਪਹੁੰਚ ਗਏ ਆਪਾਂ ਬਰਫ਼ ਵਾਲੀ ਜਗ੍ਹਾ 'ਤੇ। ਅਤੇ ਜਾਂਦੇ ਜਾਂਦੇ ਮੈਂ ਕਿਹਾ ਤੁਹਾਨੂੰ ਦਿਖਾ ਦੇ ਇੱਕ ਵਾਰ ਕਿ ਬਰਫ਼ ਆਉਣੀ ਸ਼ੁਰੂ ਹੋ ਰਹੀ ਆ, ਉਹ ਚੈੱਕ ਕਰੋ। ਆਹ ਦੇਖ ਰਹੇ ਹੋ ਪਹਾੜ, ਇਹ ਆ ਗਏ ਨੇ ਬਰਫ਼ ਵਾਲੇ, ਅਤੇ ਬੜੀ ਜਲਦੀ ਆਪਾਂ ਪਹੁੰਚ ਜਾਣਾ ਬਰਫ਼ ਵਾਲੀ ਜਗ੍ਹਾ 'ਤੇ। ਅਤੇ ਆਪਾਂ ਹਲੇ ਸੀਗੇ ਸ਼੍ਰੀਨਗਰ ਹਲੇ ਪਹੁੰਚਣ ਵਾਲੇ, ਹਲੇ ਪਹੁੰਚੇ ਨਹੀਂ ਹੈਗੇ, ਅਤੇ ਰਸਤੇ ਬਹੁਤ ਜਾਮ ਮਿਲਿਆ, ਸੜਕ ਬਣ ਰਹੀ ਹੈ ਅਤੇ ਰਸਤੇ ਟਰੱਕ 'ਚ ਬਹੁਤ ਖੜ੍ਹੇ ਨੇ ਅਤੇ ਜਾਮ ਲੱਗਿਆ ਹੋਇਆ। ਇਹ ਹੈਗਾ ਵਿਊ ਸ਼੍ਰੀਨਗਰ ਐਂਟਰ ਕਰਨ ਦਾ, ਇਹ ਬਿਲਕੁਲ ਜਾਮ ਹੀ ਜਾਮ ਲੱਗਿਆ ਹੋਇਆ, ਸਾਰਾ ਜਾਮ, ਪੂਰੇ ਟਰੱਕਾਂ ਦਾ ਜਾਮ ਲੱਗਿਆ ਹੋਇਆ ਬਹੁਤ ਦੂਰ ਤੱਕ, ਅਤੇ ਪਿੱਛੇ ਵੀ ਬਹੁਤ, ਉਹ ਤੁਸੀਂ ਚੈੱਕ ਕਰੋ ਬਹੁਤ ਦੂਰ ਤੱਕ ਜਾਮ ਲੱਗਿਆ ਹੋਇਆ।
ਆ ਚੈੱਕ ਕਰੋ ਗੱਡੀ ਗਿਰ ਚੁੱਕੀ ਆ ਸਾਈਡ ਤੇ। ਲੋ ਵੀ ਗਾਇਸ ਚੱਕਰ ਤਾਂ ਕਿ ਬਹੁਤ ਜਾਮ ਸੀਗਾ, ਤੁਹਾਨੂੰ ਕੀ ਦੱਸਾਂ, ਤੁਹਾਨੂੰ ਦੱਸਣਾ ਪੈਣਾ ਜੋ ਸ਼੍ਰੀਨਗਰ ਜੰਮੂ ਤੋਂ ਲੈ ਕੇ ਸ਼੍ਰੀਨਗਰ ਤੱਕ ਖਾਣਾ ਸਵੇਰੇ ਤੁਹਾਨੂੰ ਦੱਸਿਆ ਸੀਗਾ। ਉਤਰ ਗਏ ਸੀ ਆਪਾਂ, ਆਪਣੀ ਕੈਬ ਆ ਗਈ ਸੀਗੀ ਜੰਮੂ ਰੇਲਵੇ ਸਟੇਸ਼ਨ ਤਾਵੀ ਦੇ ਕੋਲ। ਉਸ ਤੋਂ ਬਾਅਦ ਐਡਾ ਜ਼ਿਆਦਾ ਜਾਮ, ਐਡਾ ਜਾਮ ਕਿਉਂਕਿ ਇੱਥੇ ਨਾ ਲੈਂਡਸਲਾਈਡਸ ਬਹੁਤ ਹੋ ਰਹੀਆਂ ਅਤੇ ਲੈਂਡਸਲਾਈਡ ਕਰਕੇ ਰੋਡ ਸਾਈਡ ਟੁੱਟੀ ਪਈ ਹੈ ਅਤੇ ਟਰੱਕ ਬਹੁਤ ਸੀਗੇ, ਘੱਟ ਤੋਂ ਘੱਟ ਪੰਜ ਪੰਜ ਛੇ ਛੇ ਦਸ ਦਸ ਕਿਲੋਮੀਟਰ ਤੱਕ ਜਾਮ ਸੀਗਾ। ਬਹੁਤ ਸ਼ੋਰਟਕੱਟ ਮਾਰੇ, ਬਹੁਤ ਤੰਗ ਹੋਏ ਅਤੇ ਬਹੁਤ ਜਾਮ ਸੀ, ਬਹੁਤ ਜ਼ਿਆਦਾ। ਮੈਂ ਵਲੌਗ ਵੀ ਨਹੀਂ ਬਣਾ ਪਾਇਆ, ਵਿੱਚ ਸੁੱਤੇ ਵੀ ਰਹੇ ਗੱਡੀ ਛੇੜਾਂ ਅਤੇ ਜਾਮ ਬਹੁਤ ਸੀਗਾ, ਬਹੁਤ ਜ਼ਿਆਦਾ ਜਾਮ, ਫਸੇ ਰਹੇ ਬਹੁਤ ਜ਼ਿਆਦਾ। ਅਤੇ ਹੁਣ ਆਪਾਂ ਐਟਲੀਸਟ ਸ਼੍ਰੀਨਗਰ ਐਂਟਰ ਕਰ ਚੁੱਕੇ ਹਾਂ ਅਤੇ ਦੁਪਹਿਰ ਦੇ ਕੁਛ ਵੱਜ ਚੁੱਕੇ ਹਾਂ 12 ਅਤੇ ਗੁੱਡ ਆਫਟਰਨੂਨ ਗਾਇਸ ਅਗੇਨ। ਅਤੇ ਹੁਣ ਆਪਾਂ ਕਰਦੇ ਹਾਂ ਲੰਚ ਔਰ ਬ੍ਰੇਕਫਾਸਟ ਇਕੱਠਾ, ਕਿਉਂਕਿ ਬ੍ਰੇਕਫਾਸਟ ਵੀ ਨਹੀਂ ਕੀਤਾ ਅਤੇ ਲੰਚ ਵੀ ਨਹੀਂ ਕੀਤਾ, ਹੁਣ ਆਪਾਂ ਕਰਦੇ ਹਾਂ ਬ੍ਰੰਚ ਇਕੱਠਾ ਦੋਨੋਂ। ਔਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬਰਫੀਲੀ ਪਹਾੜੀ ਸ਼ੁਰੂ ਹੋ ਚੁੱਕੀ ਹੈ ਸ਼੍ਰੀਨਗਰ ਦੀ, ਸ਼੍ਰੀਨਗਰ ਦੀ ਧਰਤੀ 'ਤੇ ਆਪਾਂ ਚੜ੍ਹ ਚੁੱਕੇ ਹਾਂ, ਆਹ ਹਾਈਵੇ 'ਤੇ ਐਂਟਰ ਕਰ ਰਹੇ ਹਾਂ ਅਤੇ ਦੇਖਿਆ ਢਾਬਾ ਇੱਥੇ ਇੱਕ ਹਿੰਦੁਸਤਾਨੀ ਢਾਬਾ ਮੇਰੇ ਪਿੱਛੇ ਹੈ ਅਤੇ ਇੱਥੇ ਆਪਾਂ ਗੱਡੀ ਰੋਕੀ ਹੈ ਅਤੇ ਇੱਥੇ ਆਪਾਂ ਕਰਦੇ ਹਾਂ ਬ੍ਰੰਚ। ਅਤੇ ਪਿੱਛੇ ਠੰਡ ਹੋ ਗਈ ਸ਼ੁਰੂ, ਤੁਸੀਂ ਚੈੱਕ ਕਰ ਸਕਦੇ ਹੋ ਪਿੱਛੇ ਪਹਾੜ ਬਰਫ ਵਾਲੇ ਦਿਖ ਰਹੇ ਨਾ ਤੁਹਾਨੂੰ। ਬਸ ਹੁਣ ਸ਼ੁਰੂ ਹੋ ਗਏ ਹਾਂ ਅਤੇ ਵਧੀਆ ਵਧੀਆ ਸ਼ੂਟ ਹੋਣੇ ਆ ਹੁਣ, ਅਤੇ ਜੁੜੇ ਰਹੋ ਵੀਡੀਓ ਨਾਲ। ਸਕਿੱਪ ਨਹੀਂ ਕਰਨਾ, ਸਕਿੱਪ ਕਰ ਦਿੰਦੇ ਹੋ ਫਿਰ ਤੁਹਾਨੂੰ ਪਤਾ ਨਹੀਂ ਚੱਲਣਾ ਕੀ ਹੋ ਰਿਹਾ। ਜੋ ਚੀਜ਼ ਮੈਂ ਨਹੀਂ ਦਿਖਾਉਣੀ ਨਾ ਉਹ ਮੈਂ ਆਪ ਨਹੀਂ ਦਿਖਾਉਣੀ, ਕਿਉਂਕਿ ਚੱਕਰ ਇਹ ਹੈ ਕਿ ਦਿਖਾਉਣੀ ਕਿਉਂ, ਜੋ ਚੀਜ਼ ਦਾ ਫਾਇਦਾ ਨਹੀਂ ਜਾਮ 'ਚ ਕਿਆ ਦਿਖਾਵਾ, ਹੈ ਨਾ, ਕੋਈ ਫਾਇਦਾ ਨਹੀਂ। ਆਪਾਂ ਚੀਜ਼ ਉਹ ਦਿਖਾਉਣੀ ਹੈ ਜੋ ਵਧੀਆ ਚੀਜ਼ ਹੈ। ਅਤੇ ਚਲੋ ਹੁਣ ਆਪਾਂ ਕਰਦੇ ਹਾਂ ਬ੍ਰੰਚ ਅਤੇ ਮਿਲਦੇ ਹਾਂ ਤੁਹਾਨੂੰ ਫਿਰ ਨਾਲ ਨਾਲ ਵਧੀਆ ਵਧੀਆ ਸ਼ੂਟ 'ਤੇ। ਆਹ ਲਓ ਜੀ ਹਿੰਦੁਸਤਾਨੀ ਢਾਬਾ, ਦੇਖਦੇ ਹਾਂ ਕੀ ਮਿਲਦਾ ਕੀ ਨਹੀਂ ਮਿਲਦਾ, ਜੇ ਵਧੀਆ ਲੱਗਿਆ ਖਾਵਾਂਗੇ, ਨਹੀਂ ਤਾਂ ਨਹੀਂ ਖਾਵਾਂਗੇ, ਕੋਈ ਚੱਕਰ ਵਾਲੀ ਗੱਲ ਨਹੀਂ ਹੈ। ਹੋਟਲ ਜਾ ਕੇ ਵੀ ਖਾ ਸਕਦੇ ਹਾਂ ਆਪਣੇ, ਕਿਉਂਕਿ ਉੱਥੇ ਵੀ ਆਪਣਾ ਡਿਨਰ ਹੈਗਾ, ਬ੍ਰੇਕਫਾਸਟ ਹੈਗਾ। ਚਲੋ ਦੇਖਦੇ ਹਾਂ। ਲਓ ਮੈਂ ਇੱਕ ਵਾਰ ਤੁਹਾਨੂੰ ਵਿਊ ਵੀ ਦਿਖਾ ਦਈਏ, ਬੱਦਲੋ ਬਦਲੀ ਕੰਮ ਹੋ ਰੱਖਿਆ, ਬੱਦਲ ਦੇਖ ਲਓ ਕਿੰਨੇ ਆ ਗਏ ਨੇ, ਬੱਦਲੋ ਬਦਲੀ ਕੰਮ ਹੋ ਰੱਖਿਆ ਪੂਰਾ, ਠੰਡ ਹੋ ਰਹੀ ਆ, ਹਵਾ ਚੱਲ ਰਹੀ, ਤੁਸੀਂ ਦੇਖੋ ਝੰਡਾ ਇੰਡੀਆ ਦਾ ਕਿਵੇਂ ਲਹਿਰਾ ਰਿਹਾ, ਮਤਲਬ ਹਵਾ ਵਧੀਆ ਚੱਲ ਰਹੀ ਹੈ ਤੇਜ਼। ਅਤੇ ਆਹ ਤੁਸੀਂ ਦੇਖੋ ਬੱਦਲੋ ਬਦਲੀ ਕੰਮ ਵਧੀਆ, ਅਤੇ ਚਲੋ ਕਰੋ ਵਿਊ ਨੂੰ ਇੰਜੋਏ, ਤਦ ਤੱਕ ਅਸੀਂ ਖਾਂਦੇ ਹਾਂ ਬ੍ਰੰਚ ਬ੍ਰੇਕਫਾਸਟ ਪਲੱਸ ਲੰਚ। ਲੈ ਵੀ ਮਿੱਤਰ ਆਪਾਂ ਕੀ ਔਡਰ ਕੀਤਾ ਅੱਜ ਖਾਣ ਨੂੰ, ਅਤੇ ਆਪਾਂ ਕੀਤਾ ਜੀ ਬ੍ਰੈਡ ਆਮਲੇਟ। ਪਹਿਲਾਂ ਸੋਚਿਆ ਰੋਟੀ ਖਾਈਏ, ਫਿਰ ਮਨ ਕੀਤਾ ਨਹੀਂ ਬ੍ਰੈਡ ਆਮਲੇਟ ਠੀਕ ਹੈ ਗਰਮ ਗਰਮ, ਅਤੇ ਬਾਅਦ 'ਚੋਂ ਹੋਟਲ ਜਾ ਕੇ ਖਾ ਲਾਂਗੇ ਆਪਾਂ ਰੋਟੀ। ਫਿਲਹਾਲ ਆਪਾਂ ਖਾਧੇ ਆ ਬ੍ਰੈਡ ਆਮਲੇਟ ਨਾਲ ਪੀਵਾਂਗੇ ਚਾਹ, ਅਤੇ ਫਿਰ ਬਣਾ ਕੇ ਆਪਾਂ ਤੁਰਦੇ, ਅਤੇ ਇਸ ਤੋਂ ਬਾਅਦ ਆਪਾਂ ਨਿਕਲਣਾ। ਅਤੇ ਹੋ ਸਕਦਾ ਬਾਰਿਸ਼ ਵੀ ਪੈ ਜਾਵੇ, ਕਿਉਂਕਿ ਮੌਸਮ ਦਾ ਪਤਾ ਨਹੀਂ, ਬਦਲੋ ਬਦਲੀ ਕੰਮ ਹੋ ਰੱਖਿਆ ਤੁਹਾਨੂੰ ਦੱਸਿਆ ਪਹਿਲਾਂ ਵੀ। ਇਹ ਆਪਣੇ ਭਾਅ ਜੀ ਡਰਾਈਵਰ ਸਾਹਿਬ ਜਿਹੜੇ ਸਾਨੂੰ ਲੈ ਕੇ ਆਏ ਨੇ, ਇਹ ਆਪਣੇ ਖੁਸ਼ ਹਾਂ ਜੀ ਬੜੇ। ਅਤੇ ਚਲੋ ਮਿਲਦੇ ਹਾਂ ਜਿਵੇਂ ਆਪਾਂ ਨਿਕਲਦੇ ਹਾਂ ਇੱਥੋਂ ਦੀ। ਲਓ ਜੀ ਕਹਿੰਦੇ ਆ ਚਾਹ ਵੀ ਪੀ ਲਈ ਹੈ, ਪਰ ਚਾਹ ਨਹੀਂ ਸਵਾਦ ਨਹੀਂ ਲੱਗੀ, ਜੋ ਤੁਹਾਨੂੰ ਸੱਚ ਦੱਸਾਂ ਚਾਹ ਵੀ ਪੀ ਲਈ, ਬ੍ਰੈਡ ਆਮਲੇਟ ਵੀ ਖਾ ਲਿਆ। ਹੁਣ ਆਪਾਂ ਚੱਲਦੇ ਹਾਂ ਅਤੇ ਦੇਖਦੇ ਹਾਂ, ਟਾਈਮ ਵੀ 1 ਵੱਜ ਗਿਆ, ਹੋਟਲ ਚੈੱਕ ਇਨ ਕਰਨਾ, ਚੈੱਕ ਇਨ ਕਰਕੇ ਮਿਲਦੇ ਹਾਂ ਤੁਹਾਨੂੰ। ਲੋ ਵੀ ਗਾਇਸ ਆਹ ਹੈਗੀ ਟਨਲ, ਜਿਹੜੀ ਬਹੁਤ ਲੰਬੀ ਟਨਲ ਹੈ ਸ਼੍ਰੀਨਗਰ ਜਾਣ ਵਾਸਤੇ, ਆਹ ਤੁਸੀਂ ਚੈੱਕ ਕਰ ਸਕਦੇ ਹੋ, ਇੱਥੋਂ ਸ਼ੁਰੂ ਹੋ ਗਈ ਹੈ ਟਨਲ ਅਤੇ ਹੁਣ ਜਾਵੇਗੀ, ਬਹੁਤ ਲੰਬੀ ਟਨਲ ਹੈ ਅਤੇ ਅੱਛੀ ਵੀ ਬਣੀ ਹੋਈ, ਲਾਈਟ ਵਗੈਰਾ ਲੱਗੀ ਹੋਈਆਂ ਨੇ। ਜਿਹੜੀ ਪਹਿਲੇ ਆਪਾਂ ਟਨਲ ਦੇਖੀ ਹੈ ਨਾ, ਉਹ ਬਹੁਤ ਧੂੜ ਮਿੱਟੀ ਸੀ ਅਤੇ ਬਹੁਤ ਜ਼ਿਆਦਾ ਰਸ਼ ਸੀਗਾ, ਅਤੇ ਖਾਲੀ ਵੀ ਹੈ ਅਤੇ ਸਾਫ਼ ਵੀ ਹੈ, ਕੰਮ ਵੀ ਚੱਲ ਰਿਹਾ, ਅਤੇ ਕਹਿੰਦੇ 9 ਕਿਲੋਮੀਟਰ ਟਨਲ ਹੈ ਅਤੇ ਆਪਾਂ ਜੋ ਕਰੋਸ ਕਰ ਰਹੇ ਹਾਂ, ਨੈਸ਼ਨਲ ਹਾਈਵੇ ਟਨਲ ਕਰਕੇ ਨਾਮ ਹੈਗਾ ਦਾ, ਅਤੇ ਤੁਸੀਂ ਚੈੱਕ ਕਰ ਸਕਦੇ ਹੋ।
ਨੂਬੀ ਗਾਇਸ ਪਹੁੰਚ ਗਏ। ਵੈਲਕਮ ਟੂ ਡਲ ਲੇਕ, ਵੈਲਕਮ ਟੂ ਸ਼੍ਰੀਨਗਰ ਐਂਡ ਡਲ ਲੇਕ। ਆਹ ਚੈੱਕ ਕਰੋ ਫਾਊਂਟੇਨ, ਆਹ ਚੈੱਕ ਕਰੋ ਲੇਕ ਦੇ ਵਿੱਚ ਫਾਊਂਟੇਨ ਚੱਲ ਰਹੇ ਆ। 17 ਵਾਲੇ ਫਾਊਂਟੇਨ ਦਾ ਮਜ਼ਾ ਤੁਸੀਂ ਸ਼੍ਰੀਨਗਰ ਵੀ ਲੈ ਸਕਦੇ ਹੋ। ਕਾਫੀ ਵੱਡੀ ਹੈ ਲੇਕ ਤਾਂ, ਕਾਫੀ ਅੱਛੀ ਲੱਗਦੀ ਹੈ ਲੇਕ ਨਾ। ਆਹ ਖੜੀਆਂ ਕਿਸ਼ਤੀਆਂ ਬੋਟ ਵਗੈਰਾ, ਇੱਥੇ ਵੱਡੀ ਬੋਟਾਂ ਵੀ ਹੈਗੀਆਂ ਦੇਖ ਸਕਦੇ ਸਾਹਮਣੇ। ਹਾਂ ਵੱਡੀ ਬੋਟ ਵੀ ਹੈ, ਬੋਟ ਹਾਊਸ। ਆਹ ਚੈੱਕ ਕਰੋ ਤੁਸੀਂ ਗਾਇਸ। ਚਲੋ ਪਹੁੰਚਣ ਲੱਗਿਆ ਬਸ ਹੋਟਲ ਤੇ, ਤੁਹਾਨੂੰ ਸੋਚਿਆ ਕਿ ਪਹਿਲਾਂ ਦਿਖਾ ਦਈਏ ਡੱਲ ਲੇਕ, ਪਹਿਲਾਂ ਵਿਊ ਦਿਖਾ ਦਈਏ ਆਲੇ ਦੁਆਲੇ ਦਾ ਕੀ ਚੱਲ ਰਿਹਾ, ਫਿਰ ਤੁਹਾਨੂੰ ਦਿਖਾਵਾਂਗੇ ਹੋਟਲ ਦਾ ਵਿਊ। ਆ ਚੁੱਕੋ ਮਿੱਤਰੋ, ਦੇਖੋ ਬੱਦਲ ਕਿਵੇਂ ਆ ਰੱਖੇ ਨੇ ਪਹਾੜ। ਚੈੱਕ ਕਰੋ ਤੁਸੀਂ ਮੌਸਮ, ਚੈੱਕ ਕਰੋ ਇੱਕ ਵਾਰ, ਵੀ ਚੈੱਕ ਕਰੋ ਪੂਰਾ। ਹਾਲੇ ਤੁਹਾਨੂੰ ਹੋਰ ਦਿਖਾਵਾਂਗੇ, ਬਟ ਇੱਕ ਵਾਰ ਜਾਂਦੇ ਜਾਂਦੇ ਰਸਤੇ 'ਚ ਹੋਟਲ 'ਚ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਈਏ ਮੌਸਮ ਕਿਵੇਂ ਦਾ ਹੈਗਾ ਆਪਣਾ ਇੱਥੇ ਦਾ ਸ਼੍ਰੀਨਗਰ ਦਾ। ਚਲੋ ਹੋਟਲ ਪਹੁੰਚ ਕੇ ਮਿਲਦੇ ਹਾਂ, ਨਾਲ ਮਿੱਠੀ ਮਿੱਠੀ ਕੰਨੀਆਂ ਸ਼ੁਰੂ ਹੋ ਗਈਆਂ ਨੇ ਅਤੇ ਮਿਲਾਉਂਦੇ ਹਾਂ ਤੁਹਾਨੂੰ ਹੋਟਲ 'ਚ ਆ ਕੇ ਵੀ। ਹਾਂਜੀ ਕੀ ਹਾਲ ਆ ਮਿੱਤਰੋ, ਅਤੇ ਪਹੁੰਚ ਚੁੱਕੇ ਹਾਂ ਆਪਾਂ ਫਾਈਨਲੀ ਹੋਟਲ ਦੇ ਵਿੱਚ ਪੂਰੇ 12 ਘੰਟੇ ਬਾਅਦ। ਆਪਾਂ ਨੂੰ ਲੱਗੇ 12 ਘੰਟੇ, ਆਪਾਂ ਸਵੇਰੇ 4 ਵਜੇ ਚਲੇ ਸੀ ਜੰਮੂ ਤੋਂ ਅਤੇ ਸ਼੍ਰੀਨਗਰ ਹੋਟਲ ਦੇ ਵਿੱਚ ਪਹੁੰਚੇ ਆਪਾਂ ਪੂਰੇ 4 ਵਜੇ ਅਤੇ 12 ਘੰਟੇ ਲੱਗੇ, ਵਿੱਚ ਥੋੜ੍ਹੀ ਦੇਰ ਰੁਕੇ ਜੋ ਤੁਹਾਨੂੰ ਦਿਖਾਇਆ, ਬਟ ਹਾਂ ਪਹੁੰਚ ਚੁੱਕੇ ਹਾਂ 4 ਵਜੇ ਪੂਰੇ ਹੋਟਲ ਹੋਟਲ ਗੋਲਡਨ ਬੀਸ। ਤੁਹਾਨੂੰ ਹਾਲੇ ਸਾਰਾ ਕੁਝ ਦਿਖਾਵਾਂਗੇ ਵਿਊ ਵਗੈਰਾ, ਹਾਲੇ ਆਪਾਂ ਥੋੜ੍ਹਾ ਰੈਸਟ ਕਰ ਲਈਏ ਕਿਉਂਕਿ ਬਹੁਤ ਥੱਕ ਚੁੱਕੇ ਹਾਂ, ਅਤੇ ਮਿਲਦੇ ਹਾਂ ਤੁਹਾਨੂੰ ਜਲਦੀ। ਸਕਿੱਪ ਨਹੀਂ ਕਰਨਾ ਵਲੌਗ, ਸਕਿੱਪ ਨਹੀਂ ਕਰਨਾ, ਦੇਖਣਾ ਪੂਰਾ ਕਿਉਂਕਿ ਬਹੁਤ ਵਧੀਆ ਵਿਊ ਹੈ, ਬਹੁਤ ਸੋਹਣਾ, ਬਹੁਤ ਸੋਹਣਾ ਮੌਸਮ ਹੈ, ਮੀਂਹ ਪੈ ਰਿਹਾ। ਇੱਕ ਵਾਰ ਛੋਟਾ ਤੁਹਾਨੂੰ ਵਿਊ ਦਿਖਾਉਂਦਾ, ਤੁਸੀਂ ਚੈੱਕ ਕਰਿਓ। ਆਹ ਚੈੱਕ ਕਰੋ ਗਾਇਸ, ਤੁਸੀਂ ਵਿਊ ਚੈੱਕ ਕਰੋ, ਬੱਦਲ ਤਾਂ ਬੱਦਲੋਂ ਕੰਮ ਹੋ ਰੱਖਿਆ, ਤੁਸੀਂ ਆਹ ਚੈੱਕ ਕਰੋ, ਆਹ ਦੇਖੋ ਤੁਸੀਂ ਵਿਊ ਚੈੱਕ ਕਰੋ। ਆਪਣੀ ਗੱਡੀ ਖੜੀ ਹੈ, ਮੀਂਹ ਪੈ ਰਿਹਾ ਪੂਰਾ, ਪੂਰਾ ਮੀਂਹ ਪੈ ਰਿਹਾ ਅਤੇ ਬਦਲੋ ਬਦਲੀ ਕੰਮ ਹੈ, ਅਤੇ ਚੱਲਦੇ ਹਾਂ ਹੁਣ ਅੰਦਰ, ਵਿਊ ਤੁਸੀਂ ਚੈੱਕ ਕਰ ਹੀ ਲਿੱਤਾ ਅਤੇ ਮਿਲਦੇ ਹਾਂ ਜਲਦੀ। ਅਤੇ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਹੋਟਲ, ਅਤੇ ਤੁਹਾਨੂੰ ਰੂਮ ਚੈੱਕ ਕਰਾ ਦੇਵਾਂ। ਆਹ ਚੈੱਕ ਕਰੋ ਰੂਮ ਗਾਇਸ, ਇਹ ਹੈਗਾ ਆਪਣਾ ਬਾਥਰੂਮ ਜੋ ਕਿ ਮੋਲਦੀਪ ਸਿੰਘ ਵੜਿਆ ਹੋਇਆ, ਅਤੇ ਆਹ ਸੀਗਾ ਬੈੱਡ, ਟੀਵੀ, ਈਵਨ ਹੀਟਰ ਵੀ ਮਿਲਿਆ ਆਪਾਂ ਨੂੰ, ਕੇਤਲੀ ਵਗੈਰਾ, ਇੱਕ ਸੋਫਾ ਕਮ ਬੈੱਡ, ਬੈੱਡ ਅਤੇ ਤੁਸੀਂ ਪੂਰਾ ਚੈੱਕ ਕਰ ਸਕਦੇ ਹੋ, ਤੁਹਾਨੂੰ ਮੈਂ ਡਿਟੇਲ ਦੱਸ ਦਾਂਗਾ। ਅਤੇ ਵਿਊ ਚੈੱਕ ਕਰੋ ਉੱਥੇ ਗਾਇਸ, ਵਿਊਜ਼ ਬਹੁਤ ਵਧੀਆ ਆ ਰਿਹਾ। ਆਹ ਹੈਗਾ ਵਿਊ ਹੋਟਲ ਦਾ, ਬੇਸਿਕਲੀ ਰੂਮ ਦਾ ਜਿਹੜਾ ਆਪਾਂ ਲਿੱਤਾ, ਅਤੇ ਇਹ ਹੈਗਾ ਹੋਟਲ ਹੋਟਲ ਗੋਲਡਨ ਬੀਸ ਸ਼੍ਰੀਨਗਰ ਡੱਲ ਲੇਕ ਦੇ ਕੋਲ। ਡੱਲ ਲੇਕ ਤੋਂ ਥੋੜ੍ਹੀ ਕੁ ਦੂਰ ਹੈ, ਲਾ ਲਓ ਕਿ ਆਪਣਾ 1.5-2 ਕਿਲੋਮੀਟਰ ਬਸ, ਜ਼ਿਆਦਾ ਨਹੀਂ ਹੈਗਾ। ਅਤੇ ਪੂਰਾ ਹੋਟਲ ਦਾ ਹੈਗਾ ਸੀਨ ਪਾਣੀ, ਅਤੇ ਤੁਸੀਂ ਚੈੱਕ ਕਰ ਸਕਦੇ ਹੋ, ਵਧੀਆ ਬਣਿਆ ਹੋਇਆ। ਅਤੇ ਚਲੋ ਲੈਂਦੇ ਨਜ਼ਾਰੇ, ਨਾਲੇ ਤੁਹਾਨੂੰ ਵੀ ਦਿਖਾਉਂਦੇ ਹਾਂ। ਲਓ ਵੀ ਮਿੱਤਰੋ, ਮੁੰਡੇ ਕਹਿੰਦੇ ਕਿੱਥੇ ਆ ਗਏ, ਆਪਾਂ ਪਹੁੰਚ ਗਏ ਜੀ ਰੋਟੀ ਖਾਣ ਵਾਸਤੇ ਦੁਪਹਿਰ ਦੀ। ਮਤਲਬ ਉਸ ਟਾਈਮ ਮੈਂ ਤੁਹਾਨੂੰ ਸਾਹਮਣੇ ਬ੍ਰੰਚ ਕੀਤਾ ਸੀ ਨਾ, ਬ੍ਰੈਡ ਆਮਲੇਟ ਖਾਧਾ, ਚਾਹ ਪੀਤੀ, ਬ੍ਰੰਚ ਕਰਦਾ ਸੀਗਾ ਹੈ ਨਾ, ਪਰ ਉਹਨਾਂ ਕਿਹੜਾ ਭੁੱਖ ਮਿੱਟਣੀ ਸੀਗੀ ਕਿਉਂਕਿ ਰਾਤ ਦੀ ਰੋਟੀ ਨਹੀਂ ਖਾਧੀ ਹੋਈ। ਅਤੇ ਆਪਾਂ ਹੁਣ ਆਏ ਹਾਂ ਪ੍ਰੋਪਰ ਰੋਟੀ ਖਾਣ, ਆਏ ਕਿੱਥੇ ਹਾਂ ਸਾਈ ਵੈਸ਼ਨੋ ਢਾਬਾ 'ਤੇ ਰੋਟੀ ਖਾਣ ਆਏ ਹਾਂ। ਅਤੇ ਤੁਸੀਂ ਆਹ ਚੈੱਕ ਕਰ ਸਕਦੇ ਹੋ, ਇਹ ਪੂਰੀ ਮਾਰਕੀਟ ਹੈ, ਇਹ ਹੈਗਾ ਆਪਣਾ ਓਲਡ ਸ਼੍ਰੀਨਗਰ, ਇਹਨੂੰ ਕਹਿੰਦੇ ਓਲਡ ਸ਼੍ਰੀਨਗਰ। ਉਹ ਸਾਹਮਣੇ ਪਈ ਹੋਈ ਹੈ ਬਰਫ਼, ਲੈ ਤੂੰ ਲੰਘ ਜਾ ਬੀਬਾ ਪਹਿਲਾਂ, ਉਹ ਸਾਹਮਣੇ ਪਈ ਹੋਈ ਹੈ ਬਰਫ਼, ਇਹ ਸਾਰੀ ਹੈਗੀ ਹੈ ਮਾਰਕੀਟ ਸ਼੍ਰੀਨਗਰ ਦੀ। ਅਤੇ ਚੱਲਦੇ ਹਾਂ ਆਪਾਂ ਹੁਣ ਰੋਟੀ ਖਾਣ, ਦੇਖਦੇ ਹਾਂ ਆਪਣਾ ਡਰਾਈਵਰ ਲੈ ਕੇ ਆਇਆ ਵੈਸ਼ਨੋ ਢਾਬਾ 'ਤੇ, ਅਤੇ ਖਾਂਦੇ ਹਾਂ ਅਤੇ ਨਾਲੇ ਤੁਹਾਨੂੰ ਦੱਸਦੇ ਹਾਂ ਟੇਸਟ ਕਿੱਦਾਂ ਦਾ ਹੈਗਾ। ਚਲੋ ਖਾਂਦੇ ਅਤੇ ਤੁਹਾਨੂੰ ਦੱਸਦੇ ਨਾਲ। ਇਹ ਆਪਣਾ ਭਾਈ ਲੈ ਕੇ ਆਇਆ ਆਪਾਂ ਨੂੰ ਇੱਥੇ ਸਾਈ ਢਾਬਾ 'ਤੇ,
ਦੱਸੋ ਜੀ ਕੀ ਹਿਸਾਬ ਦਾ ਇੱਥੇ? ਇਹ ਬਹੁਤ ਵਧੀਆ, ਸਭ ਸਭ ਕੁਝ ਵਧੀਆ, ਐਨ ਕਾਲੀ ਚੀਜ਼, ਰੇਟ ਵਾਈਜ਼ ਵੀ ਰੇਟ ਜੈਨੂਨ ਹੈ ਬਾਈ, ਕਹਿੰਦਾ ਇਹ ਰੇਟ ਜੈਨੂਨ ਹੈਗਾ ਇੱਥੇ, ਅਤੇ ਇੱਥੇ ਖਾਓ ਰੋਟੀ, ਨਾਲੇ ਟੇਸਟ ਵੀ ਮਿਲੂਗੀ, ਨਾਲੇ ਵਧੀਆ ਮਿਲੂਗੀ, ਅਤੇ ਆਪਾਂ ਖਾਂਦੇ ਹਾਂ, ਟੇਸਟ ਕਰਦੇ ਹਾਂ, ਫਿਰ ਤੁਹਾਨੂੰ ਦੱਸਦੇ ਹਾਂ। ਬਾਈ ਬਾਈ ਬਟਰ ਲਿਆ ਦੋਗੇ? ਬਟਰ ਮਿਲ ਜਾਊਗਾ ਉੱਪਰ ਲਾ ਕੇ। ਲਓ ਜੀ ਮਿੱਤਰੋ, ਕਹਿੰਦੇ ਰਾਈਡ ਕਰਨ ਆ ਗਏ ਹਾਂ ਸ਼ਿਕਾਰਾ ਰਾਈਡ ਡੱਲ ਲੇਕ 'ਤੇ, ਅਤੇ ਰੋਟੀ ਪਾਣੀ ਖਾ ਲਿਆ, ਰੋਟੀ ਪਾਣੀ ਠੀਕ ਸੀਗਾ, ਆਲੂ ਦੇ ਪਰੌਂਠੇ ਖਾਏ, ਜ਼ਿਆਦਾ ਨਹੀਂ ਆਇਆ, ਅਤੇ 80-80 ਰੁਪਏ ਦਾ ਪਰੌਂਠਾ ਸੀਗਾ ਜੇ ਮੈਂ ਤੁਹਾਨੂੰ ਦੱਸ ਦੇਵਾਂ, ਅਤੇ ਉਹ ਆਪਾਂ ਖਾ ਲਿਆ। ਹੁਣ ਸੋਚਿਆ ਕਿ ਚੱਲ ਆਪਾਂ ਘੁੰਮ ਕੇ ਆਈਏ, ਥੋੜ੍ਹਾ ਜਿਹਾ ਡੱਲ ਲੇਕ ਵਗੈਰਾ ਘੁੰਮੀਏ, ਹੈ ਨਾ, ਸਾਈਟ ਸੀਇੰਗ ਕਰੀਏ, ਪੈਦਲ ਘੁੰਮੀਏ, ਨਾਲੇ ਰੋਟੀ ਹਜ਼ਮ ਹੋ ਜੂਗੀ, ਮੇਨ ਗੱਲ ਉਹ ਆਪਾਂ ਹੁਣ ਕਰਨ ਲੱਗੇ ਹਾਂ। ਠੀਕ ਹੈ, ਦੇਖਦੇ ਹਾਂ, ਪੁੱਛਦੇ ਹਾਂ ਸ਼ਿਕਾਰਾ ਰਾਈਡ ਦਾ ਕੀ ਹਿਸਾਬ ਕਿਤਾਬ ਹੈ, ਅਤੇ ਤਦ ਤੱਕ ਤੁਸੀਂ ਵਿਊ ਚੈੱਕ ਕਰੋ, ਅਸੀਂ ਵੀ ਤਦ ਤੱਕ ਗੱਲ ਕਰੀਏ ਬੰਦੇ ਨਾਲ। ਅਤੇ ਆਹ ਹੈਗਾ ਵਿਊ ਪੁਆਇੰਟ ਡੱਲ ਲੇਕ ਤੋਂ, ਇੱਕ ਆਹ ਵੀ ਪੁਆਇੰਟ ਹੈਗਾ, ਇੱਕ ਹੋਰ ਵੀ ਹੈਗਾ, ਉਹ ਵੀ ਤੁਹਾਨੂੰ ਦਿਖਾਵਾਂਗੇ ਜੇ ਟਾਈਮ ਲੱਗਿਆ, ਟਾਈਮ ਦੀ ਗੱਲ ਆ ਸਾਰੀ, ਕਿਉਂਕਿ ਹਨੇਰਾ ਪੈ ਰਿਹਾ, ਅਤੇ ਤਦ ਤੱਕ ਤੁਸੀਂ ਇੱਕ ਵਾਰ ਚੈੱਕ ਕਰ ਲਓ ਕਿ ਕਿਵੇਂ ਦਾ ਹੈਗਾ ਵਿਊ ਡੱਲ ਲੇਕ ਤੋਂ। ਵਿੱਚ ਹੀ ਹਾਊਸ ਬੋਟ ਬਣੀਆਂ ਹੋਈਆਂ ਨੇ, ਆਹ ਦੇਖ ਰਹੇ ਹੋ, ਇਹ ਹਾਊਸ ਬੋਟ ਨੇ ਬੇਸਿਕਲੀ, ਜਿਸ 'ਚ ਬੰਦੇ ਰਾਤੀ ਸੌਂਦੇ ਵੀ ਹੈ। ਅਤੇ ਆਹ ਹੈਗਾ ਪੂਰਾ ਪਹਾੜਾਂ ਦੇ ਵਿੱਚ ਲੇਕ ਬਣੀ ਹੋਈ, ਬਹੁਤ ਵੱਡੀ ਲੇਕ ਹੈ, ਤੁਸੀਂ ਦੇਖ ਵੀ ਲਿੱਤਾ ਹੋਊਗਾ ਸ਼ੋਟ ਵਗੈਰਾ। ਅਤੇ ਪੂਰਾ ਡੱਲ ਲੇਕ ਦਾ ਐਂਟਰੀ ਪੁਆਇੰਟ ਹੈ, ਜਿੱਥੋਂ ਆਪਾਂ ਸ਼ਿਕਾਰਾ ਰਾਈਡ ਕਰ ਸਕਦੇ ਹਾਂ। ਆਹ ਖੜੀ ਵੀ ਹੈ ਸ਼ਿਕਾਰਾ ਰਾਈਡ, ਤੁਹਾਨੂੰ ਮੈਂ ਦਿਖਾ ਦੇਵਾਂ ਇੱਕ ਵਾਰ, ਆਹ ਚੈੱਕ ਕਰੋ, ਆਹ ਰਾਈਡ ਖੜੀਆਂ ਨੇ, ਇੱਥੋਂ ਦੀ ਆਪਾਂ ਲੈ ਸਕਦੇ ਹਾਂ ਰਾਈਡ ਆਪਣੀ, ਅਤੇ ਘੁੰਮ ਸਕਦੇ ਹਾਂ, ਬਹੁਤ ਵਧੀਆ ਹੈਗਾ। ਅਗੋ ਬੱਚੇ ਲੈ ਵੀ ਰਹੇ, ਕਿੰਨਾ ਸੋਹਣਾ ਲੱਗ ਰਿਹਾ ਨਾ, ਅਗੋ ਛੋਟੇ ਜਿਹੇ ਬੱਚੇ ਲੈ ਰਹੇ ਨੇ, ਪੂਰਾ ਇੰਜੋਏ ਕਰ ਰਹੇ ਨੇ। ਅਤੇ ਚਲੋ ਆਪਾਂ ਹੀ ਪੁੱਛਦੇ ਹਾਂ, ਅਤੇ ਜੇ ਬੰਦਾ ਪਲੈਨ ਤਾਂ ਠੀਕ ਹੈ, ਕਿਉਂਕਿ ਮਹਿੰਗੀ ਬਹੁਤ ਹੈ, ਕਹਿ ਰਿਹਾ ਕਿ 4,000 ਰੁਪਇਆ 3 ਬੰਦਿਆਂ ਦਾ, ਥੋੜ੍ਹਾ ਮਹਿੰਗਾ ਲੱਗ ਰਿਹਾ, ਇਹ ਬਾਰਗਨਿੰਗ ਕਰਕੇ ਦੇਖਦੇ ਹਾਂ, ਅਗਰ ਮੰਨ ਗਏ ਠੀਕ ਹੈ, ਨਹੀਂ ਤਾਂ ਫਿਰ ਨਹੀਂ ਕਰਾਂਗੇ। ਲਓ ਜੀ ਬੈਠ ਗਏ ਹਾਂ ਆਪਾਂ ਸ਼ਿਕਾਰਾ ਰਾਈਡ 'ਚ ਆਪਣੀ, ਅਤੇ ਕਰ ਰਹੇ ਹਾਂ ਇੰਜੋਏ ਫੁੱਲ। ਆ ਲਓ ਤੁਸੀਂ ਵੀ ਕਰੋ ਚੈੱਕ, ਹੁਣ ਬਾਰਗਨਿੰਗ ਥੋੜ੍ਹੀ ਜਿਹੀ ਹੋ ਗਈ, ਥੋੜ੍ਹੇ ਸੈਟਲਮੈਂਟ ਕਰ ਦਈਏ ਆਪਾਂ, ਅਤੇ ਤੁਹਾਨੂੰ ਦੱਸਾਂਗੇ ਬਾਅਦ 'ਚੋਂ ਪ੍ਰਾਈਸ, ਪਹਿਲੇ ਆਪਾਂ ਥੋੜ੍ਹੇ ਨਜ਼ਾਰੇ ਲੈ ਲਈਏ, ਅਤੇ ਨਾਲ ਨਾਲ ਤੁਹਾਨੂੰ ਵੀ ਦਿਖਾ ਦਈਏ ਨਜ਼ਾਰੇ ਜ਼ਿੰਦਗੀ ਦੇ। ਆਹ ਚੈੱਕ ਕਰੋ ਇੱਥੇ ਪਾਣੀ, ਸਾਹਮਣੇ ਦੇਖੋ ਬੱਦਲ, ਤੁਹਾਨੂੰ ਪੁੱਛ ਲਾ ਬਾਰ ਬਾਰ, ਸੋਨ ਘੁੰਮਦੇ ਪਏ ਆ, ਤੁਹਾਨੂੰ ਦਿਖਾਉਂਦੇ ਆ, ਆਹ ਦੇਖੋ ਸ਼ਿਕਾਰਾ ਰਾਈਡ। ਪਾਣੀ ਹੈ ਨਾ ਬਹੁਤ ਠੰਡਾ, ਚੈੱਕ ਕਰੋ ਪਾਣੀ ਬਹੁਤ ਠੰਡਾ, ਬਹੁਤ ਜ਼ਿਆਦਾ ਠੰਡਾ, ਬਹੁਤ ਠੰਡਾ ਪਾਣੀ ਹੈ, ਬਰਫੀਲਾ ਪਾਣੀ ਪਿਆ, ਬਹੁਤ ਠੰਡਾ ਤੇ ਸਵਾਦ ਆ ਰਿਹਾ, ਬਹੁਤ ਜ਼ਿਆਦਾ ਐਨ ਸ਼ਾਂਤੀ ਹੈ, ਕੋਈ ਸ਼ੋਰ ਸ਼ਰਾਬਾ ਨਹੀਂ, ਕੋਈ ਕੁਛ ਨਹੀਂ। ਇਹ ਤੁਸੀਂ ਦੇਖ ਰਹੇ ਹੋ ਨਾ ਆਸੇ ਪਾਸੇ, ਇਹ ਸਾਰਾ ਬੋਟ ਹਾਊਸ ਨੇ, ਹਾਂ, ਅਤੇ ਬਹੁਤ ਵਧੀਆ ਰਹਿਣ ਵਾਸਤੇ ਵੀ, ਸਵਾਦ ਹੈ ਜ਼ਿੰਦਗੀ ਦਾ, ਮਜ਼ੇ ਲਓ ਅਤੇ ਤੁਹਾਨੂੰ ਸਾਨੂੰ ਵੀ ਲੈਣ ਦਿਓ, ਕਿਉਂਕਿ ਜ਼ਿੰਦਗੀ ਜਿਉਣ ਦਾ ਸਵਾਦ ਤਾਂ ਹੀ ਹੈ ਜੇ ਮਜ਼ੇ ਲਉਂਗੇ। ਹਾਂ ਰੋ ਪਿੱਟ
ਹੁੰਦੀ ਹੈ ਤਾਂ ਜਦੋਂ ਉਸ 'ਤੇ ਲਾਈਟ ਪੈਂਦੀ ਹੈ ਉਦੋਂ ਹੋ ਜਾਂਦਾ ਗੋਲਡਨ ਰੰਗ ਹੋ ਜਾਂਦਾ ਜੀ, ਉਹ ਬਹੁਤ ਜ਼ਿਆਦਾ ਮਤਲਬ ਅੱਛਾ ਵਿਊ ਹੋ ਜਾਂਦਾ ਰਾਤ ਨੂੰ ਜੇ ਧਿਆਨ ਨਾਲ ਦੇਖਣਾ ਬਹੁਤ ਸੋਹਣਾ ਵਿਊ ਹੋ ਜਾਂਦਾ। ਸੋ ਇੱਦਾਂ ਦੀ ਚੀਜ਼ ਮੈਨੂੰ ਲੱਗਦਾ ਐਕਸਪਲੋਰ ਕਰਨੀ ਚਾਹੀਦੀ ਇੰਸਟੈਡ ਆਫ ਗੋਇੰਗ ਟੂ ਕਲਾਉਡਸ ਐਂਡ ਐਵਰੀਥਿੰਗ, ਇੱਦਾਂ ਦੀ ਚੀਜ਼ ਜ਼ਿਆਦਾ ਅੱਛੀ ਲੱਗਦੀ ਹੈ। أشهد أن لا ਲਓ ਜੀ ਪਹੁੰਚ ਚੁੱਕੇ ਹਾਂ ਸ਼ਿਕਾਰਾ ਰਾਈਡ ਕਰਦੇ ਕਰਦੇ ਮਾਰਕੀਟ ਦੇ ਵਿੱਚ। ਇਹ ਹੈਗਾ ਮਾਰਕੀਟ ਪੁਆਇੰਟ, ਤੁਹਾਨੂੰ ਪੂਰਾ ਦਿਖਾਉਂਦੇ ਹਾਂ ਮਾਰਕੀਟ ਵਿਊ ਕਿਵੇਂ ਹੈਗਾ। ਥੋੜ੍ਹਾ ਜਿਹਾ ਹਿੱਲਣਾ ਪੈਣਾ ਬਸ, ਅਤੇ ਹੁਣ ਹੀ ਤੁਹਾਨੂੰ ਪੂਰਾ ਮਾਰਕੀਟ ਵਿਊ ਦਿੱਤੂਗਾ। ਧਿਆਨ ਆ ਚੈੱਕ ਕਰੋ, ਇਹ ਹੈਗਾ ਪੂਰਾ ਮਾਰਕੀਟ ਵਿਊ। ਸ਼ਿਕਾਰਾ ਰਾਈਡ ਕਰਦੇ ਕਰਦੇ ਪੂਰਾ ਮਾਰਕੀਟ ਵਿਊ ਆ ਰਿਹਾ ਔਰ ਲੱਗ ਰਿਹਾ ਬਹੁਤ ਸੋਹਣਾ। ਆਪਾਂ ਇਹ ਚੀਜ਼ ਕਦੀ ਐਕਸਪੈਕਟ ਵੀ ਨਹੀਂ ਕੀਤੀ ਹੋਏਗੀ ਨਾ ਸੋਚੀ ਹੋਏਗੀ ਕਿ ਨਾ ਕਿ ਦੇਖੋ ਪਾਣੀ ਦੇ ਵਿੱਚ ਕਿਵੇਂ ਮਾਰਕੀਟ ਬਣੀ ਹੋਊਗੀ। ਅਤੇ ਹਾਂ ਇਹ ਆਪਾਂ ਨੂੰ ਬਾਹਰ ਵਾਲੀ ਫੀਲਿੰਗ ਦੇ ਰਿਹਾ, ਤੁਸੀਂ ਦੇਖਿਆ ਜਿਵੇਂ ਰੋਮ ਜਾਂ ਇਟਲੀ ਦੇ ਵਿੱਚ ਹੁੰਦਾ ਪਾਣੀ ਦੇ ਵਿੱਚ ਬੋਟ ਹਾਊਸ ਚੱਲਦੀ ਹੁੰਦੀਆਂ, ਸੋਰੀ ਬੋਟਸ ਚੱਲਦੀ ਹੁੰਦੀਆਂ ਅਤੇ ਨਾਲ ਨਾਲ ਮਾਰਕੀਟ ਹੁੰਦੀਆਂ ਨੇ, ਇਹ ਤਾਂ ਉਹ ਸੀਨ ਹੈ। ਤੁਸੀਂ ਪੂਰਾ ਚੈੱਕ ਕਰ ਸਕਦੇ ਹੋ, ਪੂਰੇ ਵੀਡੀਓ ਤੁਹਾਨੂੰ ਪੂਰਾ ਦਿਖਾ ਰਿਹਾ ਮੈਂ ਕਲੀਅਰ। ਅਤੇ ਇਹ ਐਗਜੈਕਟ ਚੀਜ਼ ਹੈ ਸ਼ਿਕਾਰਾ ਰਾਈਡ ਕਰਦੇ ਕਰਦੇ, ਅਤੇ ਇੱਥੇ ਪੂਰੀ ਮਾਰਕੀਟ ਸੈੱਟ ਹੋ ਰੱਖੀ ਹੈ। ਈਵਨ ਕੱਪੜੇ ਤੋਂ ਲੈ ਕੇ ਛੋਟੀ ਚੀਜ਼ ਖਾਣ ਪੀਣ ਵਗੈਰਾ, ਅਗਰ ਖਾਣਾ ਪੀਣਾ ਤਾਂ ਉਹ ਤੁਹਾਨੂੰ ਫਰੂਟ ਚਾਟ ਵਗੈਰਾ ਤੁਹਾਨੂੰ ਨਾਲ ਉਹ ਵੀ ਆ ਜਾਣਗੇ ਇੱਥੇ ਦੇਣ ਵਾਸਤੇ ਸਪੈਸ਼ਲ ਬੋਰਡ ਦੇ ਵਿੱਚ ਹੀ ਆਪਣੀ ਸ਼ਿਕਾਰਾ ਰਾਈਡ ਲੈ ਕੇ ਉਹ ਵੀ ਮਿਲਦੇ ਨੇ। ਬਟ ਜੋ ਮਾਰਕੀਟ ਦਾ ਵਿਊ ਹੈਗਾ ਉਹ ਤਾਂ ਬਈ ਲਾਜਵਾਬ ਹੈ, ਤੁਸੀਂ ਆਹ ਚੈੱਕ ਕਰ ਸਕਦੇ ਹੋ। ਬਹੁਤ ਹੀ ਮਜ਼ੇਦਾਰ ਚੀਜ਼ ਹੈ, ਆਪਣੇ 'ਚ ਹੀ ਇੱਕ ਪੂਰੀ ਸਿਟੀ ਵਸੀ ਹੋਈ ਹੈ ਜੋ ਆਪਾਂ ਕੁਛ ਕਹਿ ਨਹੀਂ ਸਕਦੇ, ਬਟ ਜੋ ਵੀ ਆ ਬਹੁਤ ਸੋਹਣੀ ਹੈ। ਤੁਸੀਂ ਚੈੱਕ ਕਰੋ ਗਾਇਸ, ਆਹ ਚੈੱਕ ਕਰੋ। ਲੋ ਵੀ ਗਾਇਸ ਚੈੱਕ ਕਰੋ, ਇਹ ਹੈਗਾ ਆਪਣਾ ਹੋਟਲ ਜਿਸ 'ਚ ਆਪਾਂ ਠਹਿਰੇ ਹਾਂ, ਹੋਟਲ ਗੋਲਡਨ ਬੀਸ। ਬਹੁਤ ਵਧੀਆ ਹੋਟਲ ਹੈ, ਕਾਫੀ ਵਧੀਆ ਵਿਊ ਵੀ ਆ ਰਿਹਾ, ਅਤੇ ਇਹ ਲਿੱਤਾ ਆਪਾਂ ਹੋਟਲ, ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਚਲੋ ਹੁਣ ਚੱਲਦੇ ਅੰਦਰ, ਰੋਟੀ ਵਗੈਰਾ ਖਾਂਦੇ ਹਾਂ ਅਤੇ ਫਿਰ ਕਰਦੇ ਹਾਂ ਵਲੌਗ ਐਂਡ। ਲੋ ਵੀ ਮਿੱਤਰੋ ਚੱਲੇ ਹਾਂ ਰੋਟੀ ਖਾਣ, ਕਹਿੰਦੇ ਮੁੰਡੇ ਕੀ ਕਰਨ ਲੱਗੇ, ਕਹਿੰਦੇ ਰੋਟੀ ਖਾਣ ਲੱਗੇ ਆ, ਬਹੁਤ ਜ਼ਿਆਦਾ ਥੱਕ ਗਿਆ ਰਾਤ ਦੇ ਬਈ, 24 ਘੰਟੇ ਹੋ ਗਏ ਸੁੱਤੇ ਨਹੀਂ ਹੈਗੇ ਭਰਾਵੋ, ਸੁੱਤੇ ਨਹੀਂ ਹੈਗੇ। ਅਤੇ ਚੱਲੀਏ ਹੁਣ ਰੋਟੀ ਖਾ ਕੇ ਫਿਰ ਸੌਂਦੇ ਹਾਂ, ਅਤੇ ਦੇਖੀਏ ਰੋਟੀ 'ਚ ਕੀ ਬਣਿਆ, ਨਾਲੇ ਤੁਹਾਨੂੰ ਦਿਖਾਉਂਦੇ ਹਾਂ ਬਈ ਡਿਸਕਸ ਕਰਨ। ਚਲੋ ਇੱਕ ਵਾਰ ਜਾਂਦੇ ਹਾਂ, ਦੇਖਦੇ ਹਾਂ ਰੋਟੀ ਵਗੈਰਾ ਕੀ ਬਣਿਆ। ਅਤੇ ਆਹ ਦੇਖੋ ਜੀ ਆਪਣਾ ਹੈਗਾ ਡਾਇਨਿੰਗ ਹਾਲ, ਡਾਇਨਿੰਗ ਹਾਲ ਪੂਰਾ ਬਹੁਤ ਵਧੀਆ ਬਣਿਆ, ਪੂਰਾ ਸੈਟਅਪ ਵਧੀਆ ਰੱਖਿਆ। ਅਤੇ ਇੱਧਰ ਵੀ ਡਾਇਨਿੰਗ ਹਾਲ ਹੈ, ਅਤੇ ਤੁਹਾਨੂੰ ਦਿਖਾ ਦਿੰਦਾ ਪੂਰਾ ਸੈਟਅਪ ਆਪਣਾ, ਕਾਫੀ ਡਾਇਨਿੰਗ ਹਾਲ ਆਪਣਾ। ਇੱਕ ਵਾਰ ਆਪਾਂ ਨਿਗਾਹ ਮਾਰ ਲੈਂਦੇ ਕੀ ਕੀ ਬਣਿਆ, ਉਸ ਤੋਂ ਬਾਅਦ ਫਿਰ ਖਾਵਾਂਗੇ ਅਤੇ ਫਿਰ ਸੋਵਾਂਗੇ। ਰੋਟੀ, ਸਲਾਦ, ਚਾਵਲ, ਇਹ ਪਤਾ ਨਹੀਂ ਕੀ ਆ, ਦਮ ਆਲੂ, ਇਹ ਹੈਗੇ ਦਮ ਆਲੂ, ਇਹ ਹੈਗੀ ਦਾਲ, ਇਹ ਹੈਗਾ ਇਹ ਕੀ ਭਰਾਵਾ ਸਵੀਡਿਸ਼। ਅਤੇ ਚਲੋ ਜੀ ਇੰਨੀ ਚੀਜ਼ਾਂ ਨੇ, ਸਵੀਡਿਸ਼ ਦਾਲ, ਦਮ ਆਲੂ, ਚਾਵਲ ਅਤੇ ਕਸ਼ਮੀਰੀ ਪਲਾਓ, ਸਲਾਦ ਅਤੇ ਰੋਟੀ, ਇਹ ਹੈਗੇ ਆਪਣਾ ਪੂਰਾ ਸੈਟਅਪ ਕੀਤਾ ਨੇ। ਅਤੇ ਆਹ ਤੁਸੀਂ ਚੈੱਕ ਕਰ ਸਕਦੇ ਹੋ, ਇਹਨਾਂ ਦਾ ਪੂਰਾ ਡਾਇਨਿੰਗ ਹਾਲ ਬਹੁਤ ਵਧੀਆ, ਅਤੇ ਪ੍ਰੈਜੈਂਸ ਵੀ ਬਹੁਤ ਅੱਛੀ ਹੈ, ਐਂਬੀਅੰਸ ਵੀ ਅੱਛੀ ਹੈ। ਚਲੋ ਖਾਂਦੇ ਹਾਂ ਰੋਟੀ ਅਤੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ। ਲੋ ਵੀ ਮਿੱਤਰੋ
ਰੋਟੀ ਪਾਣੀ ਛੱਕ ਲਿਆ ਅਤੇ ਹੁਣ ਆਪਾਂ ਆਰਾਮ ਨਾਲ ਲਾ ਕੇ ਬੈਠ ਚੁੱਕੇ ਹਾਂ ਬਿਸਤਰੇ 'ਤੇ। ਇਹ ਆਪਣੀ ਪੂਰੀ ਟੀਮ ਬੈਠੀ ਹੈ, ਆਹ ਦੇਖੋ ਜੀ ਅਨਮੋਲਦੀਪ ਸਿੰਘ ਨੂੰ ਅਤੇ ਬਾਕੀ ਬੰਦੇ ਉਹ ਬੈਠੇ ਨੇ ਅਤੇ ਉਹ ਗੋਪੀ ਆਪਣਾ ਸੁੱਤਾ ਪਿਆ ਆਰਾਮ ਨਾਲ ਪਿੱਛੇ ਨੂੰ ਅਤੇ ਚਲੋ ਜੀ ਠੀਕ ਹੈ, ਹੋਪ ਕਰਦਾ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਏਗਾ ਅੱਜ ਦਾ, ਹੈ ਨਾ। ਸ਼੍ਰੀਨਗਰ ਪਹੁੰਚੀ ਹਾਂ ਮੋਹਾਲੀ ਤੋਂ ਘੁੰਮਦੇ ਘੁੰਮਦੇ ਅਤੇ ਅੱਜ ਕਰਦੇ ਹਾਂ ਵਲੌਗ ਐਂਡ ਇੱਥੇ, ਰਾਤ ਦੇ 11 ਵੱਜ ਗਏ, ਸਵੇਰੇ ਉੱਠ ਕੇ ਫਿਰ ਨਿਕਲਣਾ ਆਪਾਂ ਅਤੇ ਮਿਲਦੇ ਹਾਂ ਅਗਲੇ ਵਲੌਗ 'ਚ। ਤਦ ਤੱਕ ਲਈ ਧਿਆਨ ਰੱਖਿਓ ਅਤੇ ਕਰ ਲਓ ਚੈਨਲ ਸਬਸਕ੍ਰਾਈਬ, ਮਿਲਦੇ ਹਾਂ ਬਹੁਤ ਜਲਦੀ ਨੈਕਸਟ ਵਲੌਗ 'ਚ। ਤਦ ਤੱਕ ਲਈ ਠੀਕ ਹੈ, ਬਾਏ ਬਾਏ, ਟੇਕ ਕੇਅਰ, ਟਾਟਾ। ਅਨਮੋਲਦੀਪ ਸਿੰਘ ਜੀ, ਟਾਟਾ, ਬਾਏ ਬਾਏ। ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ। ਤੁਸੀਂ ਸਾਰੀ ਵੀਡੀਓਜ਼ ਦੇਖਦੇ ਹੋ ਅਸੀਂ ਮੰਨਦੇ ਹਾਂ, ਬਟ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਭੁੱਲ ਜਾਂਦੇ ਹੋ, ਉਹ ਜ਼ਰੂਰ ਕਰਿਆ ਕਰੋ। ਠੀਕ ਹੈ ਜੀ, ਸਮਝ ਗਏ, ਚਲੋ ਬਾਏ ਬਾਏ ਬਾਏ।